जो बीजीपी पंजाब दे हिदायतों मुताबिक जिहड़ी पटियाला पुलिस एंड एक्साइज डिपार्टमेंट पंजाब एक जॉइंट ऑपरेशन च काफ़ी वड्डी मात्रा च जिहड़ी इलीगल शराब फॉर सेल इन चंडीगढ़ ओनली असी कल रिकवर की है। एक ट्रक चो 700 पेटी शराब वक् वक् मार्के दी अंग्रेजी शराब जिहड़ी चंडीगढ़ च सेलली मिंट सी उन्हों असी पटियाला पुलिस ने ते एक्साइज की जॉइंट टीम ने रिकवर किया है। इस प्रेस कॉन्फ्रेंस राही असं ये दसना चाहते हैं साढ़े नाल एक्साइज के भी सीनियर अफसर बैठे है कि क्योंकि पटियाले की गुआढ़ी सूबे नाल गुआढ़ी डिस्ट्रिक्ट जड़िया हदा लगदिया ने साडे इंटर डिस्ट्रिक्ट नाके 24 घंटे चालू ने ते उन्होंने असी NDPS ते शराब की समगलिंग ते खास एक मुहिम चलाई हुई सी। काफ़ी वड्डी ये रिकवरी सानू काफ़ी वड्डी मात्रा च 700 पेटी इज़ अ बिग रिकवरी इट्स अ बिग कैच। असी ये च फॉरवर्ड ते बैकवर्ड लिंकेज भी इंश्योर करांगे। असी इंश्योर करांगे कि जिहड़े भी चंडीगढ़ के ठेकेदार की गैर कानूनी शमूलीयत इस मुकदमे च आऊगी असी उन्हों भी नामजद करांगे। फॉरवर्ड लिंकेज असी ये देखांगे कि पटियाले नू ट्रांजिट रूट बनाते हुए एक किहड़े नेबरिंग डिस्ट्रिक्ट या किहड़े नेबरिंग स्टेट च जिहड़ी है शराब फॉर सेल इन चंडीगढ़ ओनली ये जानी सी। ये मुकदमा अनाज मंडी थाने 185 नंबर मुकदमा असी दर्ज किया है तो रिकवरी का वेरवा हैगा 273 पेटियां शराब मारका गाइल जनरल फॉर सेल इन चंडीगढ़, 312 पेटियां शराब मारका डिस्काउंट फॉर सेल इन चंडीगढ़, 115 पेटियां शराब मारका ब्लू स्ट्रोक फॉर सेल इन चंडीगढ़ ओनली। हुण मैं माइक हैंड ओवर करांगा एक्साइज के अफसर मिस्टर दुबे कमिश्नर एक्साइज आए है इत्थे ही विल टेल यू कि पंजाब पुलिस ते एक्साइज डिपार्टमेंट लगातार जिहड़े आ अगे भी असीं सांझे ऑपरेशन करांगे ते वी विल कर्ब दिस मेनेस ऑफ इलीगल लिकर बीइंग सोल्ड इन पंजाब। थोड़े माइक इधर कर माइक दूर हो गया जी आवाज नहीं आनी ने करी माड़ा जा ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਮੰਨ ਲਓ ਕਿ SSP ਸਾਹਿਬ ਨੇ ਤੁਹਾਨੂੰ ਦੱਸਿਆ ਹੈਗਾ ਕਿ ਇੱਕ ਅਸੀਂ ਪੰਜਾਬ ਪੁਲਿਸ ਐਂਡ ਐਕਸਾਈਜ਼ ਡਿਪਾਰਟਮੈਂਟ ਬਹੁਤ ਹੀ ਕਲੋਜ਼ ਕੋਆਰਡੀਨੇਸ਼ਨ ਦੇ ਵਿੱਚ ਇਹ ਮੁਹਿੰਮ ਚਲਾ ਰਹੇ ਹਾਂ। ਸਾਡੇ ਮਾਨਯੋਗ ਐਕਸਾਈਜ਼ ਮਿਨਿਸਟਰ ਸ਼੍ਰੀ ਹਰਪਾਲ ਚੀਮਾ ਜੀ, ਸਾਡੇ ਫਾਈਨੈਂਸ ਕਮਿਸ਼ਨਰ ਸ਼੍ਰੀ ਅਜੋਏ ਸ਼ਰਮਾ ਜੀ ਅਤੇ ਸ਼੍ਰੀ ਵਰੁਣ ਰੋਜ਼ਨ ਜੀ ਜਿਹੜੇ ਐਕਸਾਈਜ਼ ਮਿਨਿਸਟਰ ਨੇ ਅਤੇ DGP ਸਾਹਿਬ, ਸਾਰੇ ਇੱਕ ਤਰ੍ਹਾਂ ਦੀ ਜੁਆਇੰਟ ਕੋਆਰਡੀਨੇਟਡ ਐਫਰਟ ਨਾਲ ਜ਼ੀਰੋ ਟੋਲਰੈਂਸ ਪੋਲਿਸੀ ਪੰਜਾਬ ਦੇ ਵਿੱਚ ਅਸੀਂ ਅਡੋਪਟ ਕੀਤੀ ਹੋਈ ਹੈ। ਸਾਡੇ ਇਲਾਕੇ ਹਰ ਰੋਜ਼ ਤਕਰੀਬਨ ਹਰ ਡਿਸਟ੍ਰਿਕਟਸ ਦੇ ਵਿੱਚ ਵਿਦ ਕਲੋਜ਼ ਕੋਆਰਡੀਨੇਸ਼ਨ ਵਿਦ ਆਲ ਦੀ SSP ਐਂਡ ਕਮਿਸ਼ਨਰ ਪੁਲਿਸ ਇਹ ਚੱਲ ਰਿਹਾ ਹੈਗਾ। ਜਿਵੇਂ ਕਿ SSP ਸਾਹਿਬ ਨੇ ਤੁਹਾਨੂੰ ਦੱਸਿਆ ਕਿ ਬਹੁਤ ਅੱਛੀ ਉਪਲਬਧੀ ਅਸ ਕੀਤੀ, 700 ਪੇਟੀਆਂ ਅਸੀਂ ਫੜ ਸਕੇ ਹੈਗੇ ਹਾਂ। ਉਸੇ ਹੀ ਦਿਨ ਅਸੀਂ 200 ਪੇਟੀ ਮੋਹਾਲੀ ਫੜੀ ਸੀਗੀ, ਜਿੱਦਾਂ ਕਿ ਥਾਣਾ ਮੋਹਾਲੀ ਦੇ ਵਿੱਚ ਪਰਚਾ ਦਰਜ ਹੈ, ਉਹ ਵੀ ਫਾਰਵਰਡ ਐਂਡ ਬੈਕਵਰਡ ਲਿੰਕੇਜਿਸ ਉਹਦੇ ਕਰ ਰਹੇ ਹਾਂ ਅਤੇ ਉਹਦੇ ਵਿੱਚ ਵੀ ਚੰਡੀਗੜ੍ਹ ਤੋਂ ਸ਼ਰਾਬ ਚੱਲੀ ਸੀਗੀ ਅਤੇ ਬਾਹਰਲੇ ਸੂਬਿਆਂ ਦੇ ਵਿੱਚ ਜਾਣੀ ਸੀਗੀ। ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਅਸੀਂ ਇਸ ਦੌਰਾਨ ਇਸ ਪੀਰੀਅਡ ਦੇ ਵਿੱਚ ਆਲਮੋਸਟ ਤੁਸੀਂ ਇਹ ਦੇਖੋਗੇ 115 ਪੇਟੀਆਂ, 101 ਪੇਟੀ, 400 ਪੇਟੀਆਂ, 35,500 ਲੀਟਰ ਇਸ ਮੁਹਿੰਮ ਦੇ ਵਿੱਚ ਅਸੀਂ ENA ਫੜੀਆਂ ਸੀਗੀਆਂ ਅਤੇ ਹੁਣੇ ਲੇਟੈਸਟ ਕੁਛ 10-15 ਦਿਨ ਪਹਿਲਾਂ ਅਸੀਂ 407 ਪੇਟੀਆਂ IMFL ਦੀਆਂ ਸੰਗਰੂਰ ਤੋਂ ਫੜੀਆਂ ਸੀ ਜਿਹੜੀ ਬਾਹਰਲੇ ਮੁਲਕ ਜਾ ਰਹੀ ਸੀਗੀ ਔਰ ਇੱਕ ਸੀਕਰੇਟ ਚੈਂਬਰ ਦੇ ਵਿੱਚ ਟਰੱਕ ਦੇ ਵਿੱਚ ਰੱਖ ਕੇ ਜਾ ਰਹੇ ਸੀਗੇ। ਇਹ ਦੱਸਣਾ ਚਾਹਾਂਗੇ ਕਿ ਜਿਹੜੇ ਬੰਦੇ ਕੰਮ ਕਰ ਰਹੇ ਨੇ ਇਹਨਾਂ ਦੇ ਬੜੇ ਤਰੀਕੇ ਨਾਲ ਇਹ ਲੁਕੋ ਕੇ ਛੁਪਾ ਕੇ ਇਹ ਸਮਾਨ ਨੇ ਜਿਹੜੀ ਸ਼ਰਾਬ ਹੈ ਇਹਨੂੰ ਬਾਹਰ ਲੈ ਕੇ ਜਾਂਦੇ ਹੈਗੇ ਆ ਔਰ ਬਹੁਤ ਹੀ ਮੁਸ਼ਕਲ ਨਾਲ ਸਾਡੀ ਪੁਲਿਸ ਐਂਡ ਸਾਡੀ ਐਕਸਾਈਜ਼ ਵੀ ਆਰ ਏਬਲ ਟੂ ਐਪਰੀਹੈਂਡ ਦੈਮ ਵਿਦ ਲੋਟ ਆਫ ਐਫਰਟਸ ਐਂਡ ਆਈ ਮਸਟ ਐਪਰੀਸ਼ੀਏਟ ਪੁਲਿਸ ਐਂਡ ਮਾਈ ਆਫੀਸਰਸ ਆਲਸੋ ਫੋਰ ਡੂਇੰਗ ਅ ਹਿਊਮਨ ਸਰਵਿਸ। ਅਲਟੀਮੇਟਲੀ ਤੁਹਾਨੂੰ ਇੱਕ ਹੋਰ ਵੀ ਦੱਸਾਂਗੇ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਦੇਸੀ ਸ਼ਰਾਬ ਬਣਦੀ ਹੈ, ਜੇ ਲਾਹਨ ਤੋਂ ਬਣਦੀ ਹੈ, ਇਹ ਬਹੁਤ ਹੀ ਵੱਡੀ ਇੱਕ ਅਨਹੈਲਦੀ ਪ੍ਰੈਕਟਿਸ ਹੈਗੀ ਹੈ ਕਿ ਜਿਹੜੀ ਸ਼ਰਾਬ ਬਣਦੀ ਹੈ ਉਹ ਪੀਣ ਦੇ ਵਿੱਚ ਮਤਲਬ ਜਿਹੜਾ ਬੰਦਾ ਪੀ ਰਿਹਾ ਹੈ ਉਹਦੀ ਸਿਹਤ ਦੇ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ। ਹਰ ਰੋਜ਼ ਸਾਡੇ ਬਹੁਤ ਓਪਰੇਸ਼ਨ ਹੁੰਦੇ ਨੇ, ਅਕਰੋਸ ਡਿਸਟ੍ਰਿਕਟਸ ਹੁੰਦੇ ਨੇ,
ਅਸੀਂ ਕਾਫੀ ਮਾਤਰਾ ਦੇ ਵਿੱਚ ਲਾਨ ਫੜਦੇ ਹਾਂ। ਕੱਲ ਲੁਧਿਆਣਾ ਦੇ ਵਿੱਚ ਅਸੀਂ ਇੱਕ ਨਵਾਂ ਪਾਇਲਟ ਕੀਤਾ ਹੈ ਸਨੀਫਰ ਡੋਗਸ ਦੇ ਨਾਲ। ਸਨੀਫਰ ਡੋਗ ਜਿਹੜਾ ਹੈਗਾ ਉਹ ਉੱਥੇ ਜਾਂਦੇ ਹੈਗੇ ਆ ਤੇ ਸੁਣਦੇ ਹੈਗੇ, ਕਿਉਂਕਿ ਇਹ ਜਿਹੜੀ ਲਾਹਨ ਹੁੰਦੀ ਹੈ ਇਹ ਦੱਬੀ ਹੋਈ ਹੁੰਦੀ ਹੈ ਦਰਿਆਵਾਂ ਦੇ ਨਾਲ। ਹੋ ਗਿਆ ਤੁਸੀਂ ਆ ਜਿੱਥੇ ਕੋਈ ਅਨਕਲੇਮ ਲੈਂਡ ਹੈਗੇ ਆ ਉੱਥੇ ਦੱਬ ਦਿੰਦੇ ਨੇ, ਉੱਥੇ ਲੱਭਣੀ ਬਹੁਤ ਔਖੀ ਹੁੰਦੀ ਹੈ। ਅਤੇ ਇਹ ਕੱਲ੍ਹ ਅਸੀਂ 3.5 ਲੱਖ ਲੀਟਰ ਸਿਲਵਾ ਬੇਟ ਲੁਧਿਆਣਾ ਦੇ ਵਿੱਚ ਵੀ ਵਰ ਏਬਲ ਟੂ ਫਾਈਂਡ ਆਊਟ ਵਿਦ ਦੀ ਹੈਲਪ ਆਫ ਦੋਜ਼ ਸਨੀਫਰ ਡੋਗਸ। ਸੋ ਅਸੀਂ ਇਹਨੂੰ ਇਹਨਾਂ ਤੇ ਇਹ ਪਹਿਲਾ ਪ੍ਰੋਜੈਕਟ ਹੋਇਆ ਸਾਡਾ ਵਿਦ ਦਿਸ ਡੋਗਸ ਐਂਡ ਵੀ ਵਿਲ ਕੈ ਕੇ ਵੀ ਆਰ ਟ੍ਰੇਨਿੰਗ ਦੈਮ ਅਹੈਡ ਆਲਸੋ ਫੋਰ ਇਲਿਸਿਟ ਲਿਕਰ ਤਾਂ ਕਿ ਉਹਨਾਂ ਨੂੰ ਵੀ ਅਸੀਂ ਉਪਲਬਧੀਆਂ ਕਰ ਸਕੀਏ। ਹੋਰ ਬੜੀ ਟੈਕਨੋਲੋਜੀਕਲ ਇੰਟਰਵੈਂਸ਼ਨ ਹੋ ਰਹੀਆਂ ਨੇ ਸਰਕਾਰ ਵੱਲੋਂ ਤਾਂ ਕਿ ਇਹ ਜਿਹੜੀ ਆ ਠੱਲ ਪਾਈ ਜਾ ਸਕੇ ਇਹ ਇਲੀਗਲ ਸ਼ਰਾਬ ਦੇ ਉੱਪਰ। ਅਤੇ ਵੀ ਅਸ਼ੋਰ ਯੂ ਦੈਟ ਪੁਲਿਸ ਐਂਡ ਐਕਸਾਈਜ਼ ਆਰ ਵਰਕਿੰਗ ਇਨ ਐਬਸੋਲਿਊਟ ਕਲੋਜ਼ ਕੋਆਰਡੀਨੇਸ਼ਨ। ਹਰ ਰੋਜ਼ ਸਾਡਾ ਕੋਈ ਨਾ ਕੋਈ ਆਪਰੇਸ਼ਨ ਚੱਲ ਰਹੇ ਹੁੰਦੇ ਨੇ ਅਤੇ ਜੋ ਵੀ ਹੋਏਗਾ ਅਸੀਂ ਤੁਹਾਡੇ ਸਨਮੁਖ ਲਿਆ ਕੇ ਇਨਵੋਲਵਮੈਂਟ ਸਰ ਕਿਸ ਤਰ੍ਹਾਂ ਸਾਹਮਣੇ ਕੋਈ ਇਨਵੋਲਵਮੈਂਟ ਆਈ ਸਰ ਇੱਕ ਮਿੰਟ ਤੁਹਾਨੂੰ ਤਾਂ ਬੜੀ ਵਧੀਆ ਗੱਲ ਕੀਤੀ ਹੈ ਕਿ ਫਾਰਵਰਡ ਐਂਡ ਬੈਕਵਰਡ ਲਿੰਕ ਜਿਹੜੇ ਹੈਗੇ ਨੇ ਬਟ ਉਹਨਾਂ ਨੂੰ ਡਿਸਕਲੋਜ਼ ਕਰਾਂਗੇ। ਉਹ ਸਾਡੇ 3 ਰਿਕਵਰੀਆਂ ਵੱਡੀਆਂ ਹੋ ਜਾਂਦੀਆਂ, ਪਹਿਲੀ ਸਨੌਰ ਹੋਈ ਸੀ 600 ਬੇਟੀ ਪਿਛਲੇ ਮਹੀਨੇ, ਇੱਕ 4 ਦਿਨ ਪਹਿਲਾਂ 190 ਬੇਟੀ ਹੋਈਆਂ ਅਤੇ ਇਹ ਹੈ ਹੁਣ ਤੱਕ ਜਿੰਨੀਆਂ ਵੀ ਹੋਈਆਂ ਨੇ ਕਦੇ ਕਿਸੇ ਦੀ ਫਾਰਵਰਡ ਅਤੇ ਬੈਕਵਰਡ ਲਿੰਕ ਹੈ ਉਹਨੂੰ ਡਿਸਕਲੋਜ਼ ਨਹੀਂ ਕੀਤਾ ਗਿਆ। ਸੋ ਸ਼ਾਇਦ ਹੋ ਸਕਦਾ ਕਿ ਇਹੀ ਕਾਰਨ ਹੈ ਕਿ ਰਿਪੀਟਲੀ ਮਤਲਬ ਇਹ ਲਗਾਤਾਰ ਇਹੀ ਹੋਈ ਜਾ ਰਿਹਾ ਜੀ। ਦੇਖੋ ਅਸੀਂ ਤੁਹਾਨੂੰ ਇਨਸ਼ੋਰ ਕਰਦੇ ਹਾਂ ਕਿ ਜਿਹੜੀ ਇਹ 700 ਪੇਟੀ ਫੜੀ ਹੈ ਇਹਦੇ 'ਚ ਅਸੀਂ ਇਹ ਦੇਖਾਂਗੇ ਕਿ ਕਿਹੜੇ ਠੇਕੇਦਾਰ ਨੇ ਆਪਣੇ ਸਟਾਕ ਤੋਂ ਕੱਢ ਕੇ ਇਹ ਗੈਰ ਕਾਨੂੰਨੀ ਤਰੀਕੇ ਨਾਲ ਅੱਗੇ ਲੈ ਕੇ ਜਾ ਰਿਹਾ ਸੀ। ਜਿਹੜਾ ਵੀ ਸੰਬੰਧਿਤ ਠੇਕੇਦਾਰ ਹੋਊਗਾ ਉਹਨੂੰ ਅਸੀਂ ਮੁਲਜ਼ਮ ਬਣਾ ਕੇ ਉਹਦੀ ਅਸੀਂ ਅਰੈਸਟ ਪਾਵਾਂਗੇ ਐਂਡ ਅੱਗੇ ਜਿੱਥੇ ਜਾਣੀ ਸੀ ਜਿਹਨਾਂ ਲੋਕਾਂ ਤੱਕ ਇਹ ਪਹੁੰਚਣੀ ਸੀ ਉਹਨਾਂ ਨੂੰ ਵੀ ਮੁਲਜ਼ਮ ਬਣਾ ਕੇ ਫਾਰਵਰਡ ਅਤੇ ਬੈਕਵਰਡ ਲਿੰਕੇਜ ਅਸੀਂ ਪਹਿਲਾਂ ਵੀ ਇਨਸ਼ੋਰ ਕਰ ਰਹੇ ਹਾਂ ਬਟ ਇਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਅਤੇ ਅਸੀਂ ਇਹਦੇ 'ਚ ਵੀ ਇਨਸ਼ੋਰ ਕਰਾਂਗੇ। ਸਰ ਟਾਰਗੇਟ ਬਾਰਡਰ ਏਰੀਆ ਹੁੰਦਾ ਹੈ ਜਾਂ ਪਟਿਆਲਾ ਹੈਜ਼ ਇਟਸ ਬਾਉਂਡਰੀਜ਼ ਵਿਦ ਮੈਨੀ ਡਿਸਟ੍ਰਿਕਟਸ ਐਂਡ ਮੈਨੀ ਸਟੇਟਸ ਅਤੇ ਅਸੀਂ ਮਤਲਬ ਗੁਆਂਢੀ ਜਿਹੜੇ ਜ਼ਿਲ੍ਹੇ 'ਚ ਜਾਣੀ ਸੀ ਜਾਂ ਗੁਆਂਢੀ ਸੂਬੇ 'ਚ ਜਾਣੀ ਸੀ ਜਿਹਨੂੰ ਜਾਣੀ ਸੀ ਅਤੇ ਜਿੱਥੋਂ ਆਈ ਸੀ ਅਸੀਂ ਵੀ ਵਿਲ ਬ੍ਰਿੰਗ ਦੈਮ ਟੂ ਲਾਅ ਐਂਡ ਵੀਲ ਬੁੱਕ ਦੈਮ ਅੰਡਰ ਦੀ ਰਿਲੇਵੈਂਟ ਸੈਕਸ਼ਨ ਵੀ ਐਕਸਾਈਜ਼ ਐਂਡ ਪੰਜਾਬ ਪੁਲਿਸ ਵਿਲ ਵਰਕ ਇਨ ਕਲੋਜ਼ ਕੋਆਰਡੀਨੇਸ਼ਨ। ਡੇਲੀ ਸਾਡੇ ਓਪਰੇਸ਼ਨ ਚੱਲਦੇ ਜਿਵੇਂ ਐਕਸਾਈਜ਼ ਦੇ ਅਫਸਰਾਂ ਨੇ ਦੱਸਿਆ ਇਸ ਮੁਕਦਮੇ 'ਚ ਵੀ ਅਸੀਂ ਉਹ ਚੀਜ਼ ਇਨਸ਼ੋਰ ਕਰਦੇ ਹਾਂ। ਮਾਨਯੋਗ DGP ਪੰਜਾਬ ਦੀ ਹਦਾਇਤਾਂ ਮੁਤਾਬਿਕ ਇੱਕ ਕ੍ਰਾਈਮ ਐਂਡ ਗੈਂਗਸਟਰ ਫ੍ਰੀ ਪੰਜਾਬ ਦਾ ਜਿਹੜਾ ਸਾਡਾ ਟੀਚਾ ਹੈ ਉਹਦੇ ਮੁਤਲਕ ਪਟਿਆਲਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਰਾਹੁਲ ਸਿੰਘ ਨਾਮ ਦਾ ਇਹ ਮੁਲਜ਼ਮ ਜਿਹੜਾ ਬਦਾਯੂ ਏਰੀਆ UP ਦਾ ਰਹਿਣ ਵਾਲਾ ਹੈ ਅਤੇ ਇੱਕ ਪੁਰਾਣਾ ਕ੍ਰਿਮੀਨਲ ਆ ਇਹਨੂੰ ਅਸੀਂ ਗ੍ਰਿਫਤਾਰ ਕਰਕੇ 5 ਵੈਪਨਸ ਜਿਹੜੇ ਆ ਪਿਸਟਲ ਅਤੇ ਰਿਵੋਲਵਰਸ ਐਂਡ 20 ਕਾਰਟਰਜਿਸ ਅਸੀਂ ਇਹਦੇ ਤੋਂ ਬਰਾਮਦ ਕੀਤੇ। ਕੁਛ ਦਿਨ ਪਹਿਲਾਂ ਵੀ ਅਸੀਂ 6 ਪਿਸਟਲ ਰਿਕਵਰ ਕੀਤੇ ਸੀ ਅਤੇ ਪਟਿਆਲਾ ਪੁਲਿਸ ਲਗਾਤਾਰ ਇਸ ਮੁਹਿੰਮ 'ਚ ਰਿਕਵਰੀਆਂ ਕਰ ਰਹੀ ਹੈ। SP ਇਨਵੈਸਟੀਗੇਸ਼ਨ ਹਰਬੀਰ ਅਟਵਾਲ, SP ਸਿਟੀ ਵਜ਼ੀਰ ਸਿੰਘ ਖਹਿਰਾ, DSP D ਸੁਖਅਮ੍ਰਿਤ ਰੰਧਾਵਾ, DSP ਜਸਵਿੰਦਰ ਟਿਵਾਣਾ ਐਂਡ ਇੰਚਾਰਜ CIA ਸ਼ਮਿੰਦਰ ਸਿੰਘ ਦੀ ਇਹ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਅਤੇ ਬੜਾ ਵੈਲ ਓਇਲਡ ਓਪਰੇਸ਼ਨ ਦੇ ਤਹਿਤ ਅਸੀਂ ਇਹ 5 ਅਸਲੇ ਰਿਕਵਰ ਕੀਤੇ। ਮੋਡਸ ਓਪਰੈਂਡੀ ਤਰੀਕਾ ਵਾਰਦਾਤ ਇਹੀ ਸੀ ਕਿ ਇਸ ਮੁਲਜ਼ਮ 'ਤੇ NDPS ਐਕਟ ਦਾ ਪਰਚਾ ਜ਼ੀਰਕਪੁਰ ਥਾਣੇ 'ਚ ਦਰਜ ਹੁੰਦਾ ਹੈ। ਜਦੋਂ ਇਹ ਉਸ ਮੁਕੱਦਮੇ 'ਚ ਫੜਿਆ ਜਾਂਦਾ ਹੈ ਅਤੇ ਜੇਲ੍ਹ ਜਾਂਦਾ ਹੈ, ਜੇਲ੍ਹ ਜਾ ਕੇ ਇਹਦਾ ਟਾਈਅਪ ਹੁੰਦਾ ਆ ਦੀਪਕ ਬਨੂੜ, ਇੱਕ ਨੋਟੋਰੀਅਸ ਗੈਂਗਸਟਰ ਆ ਜਿਹੜਾ ਪਟਿਆਲੇ ਜੇਲ੍ਹ 'ਚ ਲੌਜਦਾ, ਅਤੇ ਇੱਕ ਨਵੀਨ ਨਾਮ ਦਾ ਗੈਂਗਸਟਰ ਜਿਹੜਾ ਕੁਰੂਕਸ਼ੇਤਰ ਹਰਿਆਣੇ ਦਾ ਰਹਿਣ ਵਾਲਾ ਹੈ। ਜੇਲ੍ਹ ਦੇ ਅੰਦਰ ਹੀ ਇੱਕ ਛੋਟਾ ਮੋਡਿਊਲ ਇਹ ਰੇਸ ਕਰ ਲੈਂਦੇ ਆ ਅਤੇ ਜਦੋਂ ਇਹ ਜ਼ਮਾਨਤ 'ਤੇ ਬਾਹਰ ਆਉਂਦਾ ਆ ਅਤੇ ਵੈਪਨ ਸਮਗਲਿੰਗ 'ਚ ਇਨਵੋਲਵ ਹੋ ਜਾਂਦਾ ਹੈ। ਅਤੇ ਅਸੀਂ ਲਗਾਤਾਰ ਪਟਿਆਲੇ 'ਚ ਜਿੰਨੀਆਂ ਵੀ ਜੇਲ੍ਹਾਂ ਨੇ, ਜੇਲ੍ਹਾਂ ਦੇ ਅੰਦਰ ਵੀ ਸਾਡੇ ਸੋਰਸ ਆ ਮਾਨਯੋਗ DGP ਪੰਜਾਬ ਦੇ ਹਦਾਇਤਾਂ ਮੁਤਾਬਿਕ, ਅਸੀਂ ਜੇਲ੍ਹਾਂ ਦੇ ਅੰਦਰ ਜਿਹੜੇ ਮੋਬਾਈਲ ਚੱਲ ਰਹੇ ਆ ਉਹ ਵੀ ਰਿਕਵਰ ਕਰਦੇ ਹਾਂ, ਉਹਨਾਂ 'ਤੇ ਮੋਬਾਈਲ ਫੋਰੈਂਸਿਕਸ ਵੀ ਕਰਾਉਂਦੇ ਹਾਂ। ਅਤੇ ਇੰਟੈਲੀਜੈਂਸ ਬੇਸਡ ਓਪਰੇਸ਼ਨ ਜਿਹੜਾ ਸੀਗਾ ਇਹਦੇ 'ਚ ਪਟਿਆਲਾ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। 5 ਵੈਪਨਸ ਤੁਹਾਡੇ ਸਾਹਮਣੇ ਨੇ, ਜੇਕਰ ਇਹ ਨਾ ਰਿਕਵਰ ਹੁੰਦੇ ਤਾਂ ਇਸੇ ਮੁਲਜ਼ਮ ਨੇ ਕਿਸੇ ਨਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਅਸੀਂ ਹੁਣ ਇਹਦਾ ਰਿਮਾਂਡ ਲੈ ਕੇ ਇਹਨੂੰ ਪ੍ਰੋਪਰਲੀ ਇੰਟਰੋਗੇਟ ਕਰਾਂਗੇ ਅਤੇ ਵੇਖਾਂਗੇ ਕਿ ਇਹਦੇ ਇਸ ਗੈਂਗ ਦੇ ਹੋਰ ਕੀ ਲਿੰਕਸ ਹੈਗੇ ਆ, ਕਿਉਂਕਿ ਪ੍ਰਾਈਮ ਅਫਸਾਈ ਲਾਰੈਂਸ ਬਿਸ਼ਨੋਈ ਗੈਂਗ ਨਾਲ ਇਸ ਛੋਟੇ ਗੈਂਗ ਦੀਆਂ ਤਾਰਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ। ਟੋਟਲ ਕਿੰਨੇ ਵੈਪਨ ਹੈਗੇ, ਕਿੱਥੋਂ ਲੈ ਗਏ ਸੀ ਕਿ ਵੈਪਨ ਇਹ? ਕੋਈ 5 ਵੈਪਨਸ ਨੇ, ਇਹ 5 ਵੈਪਨਸ ਕਿੱਥੋਂ ਲੈ ਕੇ ਆਇਆ ਸੀ, ਕਿਉਂਕਿ ਅਸੀਂ ਇਹ ਪਸਿਆਣੇ ਥਾਣੇ 'ਚ ਮੁਕੱਦਮਾ ਦਰਜ ਕੀਤਾ ਹੈ, ਕਿੱਥੋਂ ਲੈ ਕੇ ਆਇਆ ਸੀ ਅਤੇ ਕੀ ਇਹਨੂੰ ਟਾਰਗੇਟ ਸੀਗੇ,
कि इन्हें कोई फरौती किसी तो मंगनी सी या की कोई ये गैंग वॉर करनी सी, इन्हों ने वो सारी चीज़ें असं इन्वेस्टिगेशन च इंश्योर कर। सर कुल टोटल किन्ने जने सी जी? इक्को जना सी इहदे नाल दे होर भी कोई हैगे ने जी? हुण तक इक्को जना आ, पर इस गैंग च सानू होर भी बहुत छेती होर भी अरेस्ट होण दी उम्मीद है। इन्हां नूं भी करांगे जी इसे मुकदमे च, क्योंकि इहदी मुढ़ली पुछगिछ च आया कि ये बंदे इन्हू हैंडल कर रहे थे, देवर दी हैंडलर्स, ते इन्हां नूं भी असीं इस मुकदमे च नामजद करके प्रोडक्शन वारंट ते लैके आवांगे। सर जेल दे विच जेल दे विचों जिस तरह तार जुड़दे ने किसी ना किसी तरीके नाल, ओहदे विच किसी कोई क्लू सामने आया कि किस तरह तार जुड़दे आ जां किस तरह? देखो अजकल पंजाब च आम गल आ कि मुलजम जदों वारदात करके जेल जांदा आ ते जेल दे अंदर ही ओह कोई ना कोई किसी ना किसी गैंग नाल संबंधित हो के बाहर आके ओह नवें तरीके की कोई ना कोई वारदात करना चाहुंदे आ। इसे करके पटियाले की सारी जेलां च असी अपने सोर्स भी बनाए हुए हैं, टेक्निकल सर्विलेंस भी रखते हैं कि मोबाइल चल रहे हैं, तो असी इंश्योर करांगे कि जिहड़ा ये जेलों तो चल रहा नेटवर्क है ब्रेक हो। देखो जिहड़ा इहदा हैंडलर सीगा दीपक बनूर, वो एक नोटोरियस गैंगस्टर आ, उहदे ते कई मुकदमे पहला भी दर्ज आ, तो उहदी तारा लॉरेंस बिश्नोई गैंग नाल जुड़िया हुई हैं, ਅਸੀਂ ਉਹਨੂੰ ਵੀ ਨਾਮਜ਼ਦ ਕਰਕੇ ਪ੍ਰੋਡਕਸ਼ਨ ਵਾਰੰਟ ਤੇ ਇਸ ਮੁਕਦਮੇ 'ਚ ਲੈ ਕੇ ਆਵਾਂ। ਸਰ ਪਿੱਛੇ ਜੇ ਨਾਭਾ ਜੇਲ੍ਹ ਦੇ ਵਿੱਚ ਵੀ ਦੌਰਾ ਕੀਤਾ, ਸੀਐਮ ਸਾਹਿਬ ਨੇ ਕੀਤਾ, ਤੁਸੀਂ ਕੀਤਾ, ਪਰ ਕੁਛ ਗੱਲਾਂ ਸਾਹਮਣੇ ਆਈਆਂ ਸੀ ਕਿ ਜਿਸ ਤਰ੍ਹਾਂ ਬਾਹਰੋਂ ਟਾਰਗੇਟ ਕੀਤੀ ਜਾਂਦੀ ਹੈ ਜੇਲ੍ਹ ਦੇ ਵਿੱਚ ਸਮਾਨ ਕੱਢਿਆ ਜਾਂਦਾ। ਦੇਖੋ ਜੇ ਮਾਨਯੋਗ ਮੁੱਖ ਮੰਤਰੀ ਪੰਜਾਬ ਜਦੋਂ ਇੱਥੇ ਆਏ ਸੀ, ਮੈਂ ਵੀ ਉਸ ਦੌਰੇ 'ਚ ਅਚਨ ਜੇ ਦੌਰੇ 'ਚ ਉਹਨਾਂ ਦੇ ਨਾਲ ਸੀਗਾ। ਹੁਣ ਕਾਫੀ ਹੱਦ ਤੱਕ ਜਿਹੜਾ ਆ ਸੀਸੀਟੀਵੀ ਕੈਮਰੇਜ਼ ਵੀ ਲੱਗੇ ਹੋਏ ਆ, ਕਿਉਂਕਿ ਜੇਲ੍ਹਾਂ ਦਾ ਸਾਈਜ਼ ਵੱਡਾ ਆ ਅਤੇ ਅਸੀਂ ਥੋਇੰਗ ਦੀ ਘਟਨਾਵਾਂ ਨੂੰ ਰੋਕਣ ਲਈ, ਥੋ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਗੇਂਦਾਂ 'ਚ ਪਾ ਕੇ ਸਿੱਟ ਦਿੰਦੇ ਆ ਅੰਦਰ, ਉਹਦੇ ਲਈ ਅਸੀਂ ਦੋਨੇ ਜੇਲ੍ਹ ਜਿਹੜੇ ਪਟਿਆਲਾ ਮੇਨ ਜੇਲ੍ਹ ਆ ਅਤੇ ਜਿਹੜੀ ਨਾਭਾ ਮੇਨ ਜੇਲ੍ਹ ਆ, ਉਹਦੀ ਬਾਉਂਡਰੀ ਵਾਲ ਕਵਰ ਕਰਨ ਲਈ ਅਸੀਂ PCR ਮੋਟਰਸਾਈਕਲ ਲਾਏ ਹੋਏ ਆ, ਜਿਹੜੇ ਰਾਊਂਡ ਦਾ ਕਲੋਕ ਪੈਰੀਫਰੀ ਦਾ ਗੇੜਾ ਲਾ ਕੇ ਇਨਸ਼ੋਰ ਕਰਦੇ ਆ ਕਿ ਥੋਇੰਗ ਦੀ ਘਟਨਾਵਾਂ ਨਾ ਹੋਣ। ਜਿਹੜੇ ਵਲਨਰੇਬਲ ਪੁਆਇੰਟ ਆ ਜਿੱਥੋਂ ਇਹ ਸਿੱਟਦੇ ਆ, ਉੱਥੇ ਅਸੀਂ ਕੈਮਰੇ ਵੀ ਲਵਾਏ ਹੋਏ ਆ, ਅਤੇ ਇਸ ਮੈਨਸ ਨੂੰ ਬਹੁਤ ਹੱਦ ਤੱਕ ਅਸੀਂ ਕੰਟਰੋਲ ਕੀਤਾ, ਐਂਡ ਇਨ ਦੀ ਫਿਊਚਰ ਆਲਸੋ ਵੀ ਵਿਲ ਵਰਕ ਵੈਰੀ ਹਾਰਡ ਟੂਵਰਡਸ ਦਿਸ। ਥੈਂਕ ਯੂ ਸੋ ਮਚ।